ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਰਚਨਾ, ਨਜ਼ਰ ਪਾਉਂਦੀ ਹਾਂ ਅੱਜ ਦੀਆਂ ਖਾਸ ਖਬਰਾਂ ਤੇ। SGPC ਵੱਖਰੇ ਤੌਰ ਤੇ ਮਨਾਏਗੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਨਗਰ ਕੀਰਤਨ ਮੁਲਤਵੀ ਕਰਨ ਦਾ ਹੁਕਮ। ਬਿਕਰਮ ਮਜੀਠੀਆ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ, 4 ਜ਼ਖਮੀ। ਅਤੇ ਮਜੀਠੀਆ ਦੀ ਪਾਇਲਟ ਗੱਡੀ ਦੇ ਜ਼ਖਮੀ ਮੁਲਾਜ਼ਮ DMC 'ਚ ਦਾਖਲ। ਹੁਣ ਖਬਰਾਂ ਵਿਸਥਾਰ ਨਾਲ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਕੀਤੇ ਜਾਣ ਵਾਲੇ ਸਮਾਗਮ ਮੌਕੇ ਹੁਣ ਪੰਜਾਬ ਸਰਕਾਰ ਅਤੇ SGPC ਦੀਆਂ ਸਟੇਜਾਂ ਵੱਖੋ ਵੱਖ ਤੌਰ 'ਤੇ ਲੱਗਣਗੀਆਂ। ਭਾਵੇਂ ਬੀਤੀ 4 ਅਕਤੂਬਰ ਨੂੰ ਇਹ ਸਮਾਗਮ ਸਾਂਝੇ ਰੂਪ ਵਿੱਚ ਮਨਾਉਣ ਦਾ ਫੈਸਲਾ ਹੋ ਗਿਆ ਸੀ, ਪਰ ਹੁਣ SGPC ਨੇ ਆਪਣੇ ਸਮਾਗਮਾਂ ਲਈ ਦਿੱਲੀ ਦੀ ਇੱਕ ਨਿੱਜੀ ਕੰਪਨੀ ਨੂੰ ਠੇਕਾ ਦੇ ਦਿੱਤਾ ਜੋ ਕਿ ਸਮਾਗਮ ਦੇ ਸਾਰੇ ਪ੍ਰਬੰਧ ਕਰੇਗੀ। ਪਤਾ ਲੱਗਾ ਹੈ ਕਿ ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਇਹ ਸਾਰੇ ਪ੍ਰਬੰਧ ਕੀਤੇ ਜਾਣਗੇ। 550 ਸਾਲਾ ਸਮਾਗਮਾਂ 'ਚ ਸਾਂਝੇ ਸਟੇਜ ਲਗਾਉਣ ਨੂੰ ਲੈ ਕੇ SGPC ਤੇ ਪੰਜਾਬ ਸਰਕਾਰ ਵਿਚਾਲੇ ਤਾਲਮੇਲ ਬੈਠਦਾ ਦਿਖਾਈ ਨਹੀਂ ਦੇ ਰਿਹਾ। ਚਰਚਾ ਹੈ ਕਿ ਹੁਣ SGPC ਨੇ ਅਲੱਗ ਸਮਾਗਮ ਕਰਵਾਉਣ ਦੇ ਲਈ ਦਿੱਲੀ ਦੇ ਇੱਕ ਪ੍ਰਾਈਵੇਟ ਕੰਪਨੀ ਨੂੰ 10 ਕਰੋੜ ਦਾ ਟੈਂਡਰ ਵੀ ਦੇ ਦਿੱਤਾ। ਇਸ ਪੂਰੇ ਮੁੱਦੇ ਤੇ ਸਾਡੇ ਪੱਤਰਕਾਰ ਸੁਖਵਿੰਦਰ ਸਿੰਘ ਨੇ ਗੱਲਬਾਤ ਕੀਤੀ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ। ਬੀਬੀ ਜੀ, ਲਗਾਤਾਰ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਅਤੇ SGPC ਜਿਹੜੀ ਆ ਅਲੱਗ ਅਲੱਗ ਮੰਚ ਜਿਹੜੇ ਆ ਲਗਾਉਣ ਜਾ ਰਹੀ ਹੈ 550 ਸਾਲਾ ਸਮਾਗਮ ਨੂੰ ਲੈ ਕੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਖਬਰ ਦੀ ਸੱਚਾਈ ਕੀ ਹੈ ਇਹਦੀ? ਪੂਰੀ ਸੱਚਾਈ ਤੇ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾ ਤੋਂ ਲੈ ਕੇ ਆਪਣੇ ਸਮਾਗਮ ਕਰਦੀ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਇਹ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਗੁਰਮਤਿ ਸਿਧਾਂਤ ਦੀ ਪਹਿਰੇਦਾਰੀ ਪ੍ਰਭਾਵਤਾ ਨਾਲ ਲੈਣਾ। ਉਹ ਸਮਾਗਮ ਸ਼ਤਾਬਦੀਆਂ ਮਨਾਈਆਂ ਜਾਣ, ਉਹ ਸਮਾਗਮ ਜੋਤੀ ਜੋਤ ਸਰੂਪ ਸਮਾਉਣ ਦੇ ਦਿਹਾੜੇ ਮਨਾਏ ਜਾਣ, ਪ੍ਰਕਾਸ਼ ਦਿਹਾੜੇ ਮਨਾਏ ਜਾਣ ਜਾਂ ਹੋਰ ਗੁਰੂ ਘਰ ਦੇ ਸਮਾਗਮ ਕੀਤੇ ਜਾਣ। ਇਹ ਸਮਾਗਮ ਜਿਹੜੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੌਮ ਨੇ ਦਿੱਤੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਦੀ ਸਾਂਝੀ ਹੈ, ਸਾਰੇ ਸਿੱਖ ਕੌਮ ਦੇ ਸੇਵਾਦਾਰ ਜਿਹੜੇ ਇਹਨੂੰ ਚੁਣ ਕੇ ਭੇਜਦੇ ਹੈ। ਔਰ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ ਹਮੇਸ਼ਾ ਹੀ ਆਪਣੀ ਸੰਸਥਾ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਹੁਣ ਵੀ ਜਿੰਨੇ ਵੀ ਗੁਰੂ ਕੇ ਲੰਗਰ ਲੱਗ ਰਹੇ ਹੈ ਸਾਰੇ ਲੰਗਰਾਂ ਦੇ ਸੇਵਾਦਾਰ ਸਾਡੇ ਕੋਲ ਆ ਕੇ ਡਿਊਟੀਆਂ ਲੈ ਕੇ ਗਏ ਆ, ਅਸੀਂ ਉਹਨਾਂ ਨੂੰ ਜਗ੍ਹਾ ਲਿਖ ਕੇ ਦਿੱਤੀਆਂ। ਜਿੰਨੇ ਸਮਾਗਮਾਂ ਨਾਲ ਸੰਬੰਧਿਤ ਹੈ ਪ੍ਰਚਾਰਕਾਂ ਨੂੰ ₹10 ਕਰੋੜ ਰੁਪਏ ਦਾ ਟੈਂਡਰ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਤਿਆਰੀਆਂ ਲੈ ਕੇ। ਬੇਨਤੀ ਹੈ ਜੀ ਕਿ ਸਰਕਾਰ ਦੀ ਡਿਊਟੀ ਜਿਹੜੀ ਹੈ ਸਰਕਾਰ ਕਰੇ, ਸ਼ੁਰੂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਸਰਕਾਰ ਕਾਮੇ ਡਿਵੈਲਪਮੈਂਟ ਦੇ ਕਾਰਜ ਕਰੇ, ਸੜਕਾਂ ਦੇ ਕਾਰਜ ਕਰੇ, ਬਾਕੀ ਬੰਦੇ ਉਹਨਾਂ ਦੀ ਡਿਊਟੀ ਹੈ ਉਹ ਕਰਨ, ਅਸੀਂ ਨੀ ਉਹ ਕਰਾਂਗੇ ਕਿਉਂਕਿ ਉਹਨਾਂ ਦੀ ਡਿਊਟੀ ਹੈ। ਜਿਹੜੀ ਸਾਡੀ ਡਿਊਟੀ ਹੈ ਉਹ ਸਰਕਾਰ ਨੀ ਕਰੇਗੀ, ਉਹ ਅਸੀਂ ਜਵਾਬਦੇ ਹਾਂ ਕੌਮ ਨੂੰ, ਉਹ ਅਸੀਂ ਕਰਾਂਗੇ। ਜੇ ਸਰਕਾਰ ਦੇ ਕੰਮ ਅਸੀਂ ਉੱਥੇ ਜਾ ਕੇ ਕਹੀਏ ਵੀ ਸੜਕਾਂ ਅਸੀਂ ਬਣਾਉਣੀਆਂ, ਜੇ ਅਸੀਂ ਬਣਾ ਸਕਦੇ ਹਾਂ ਸਰਕਾਰ ਸਾਨੂੰ ਅਲਾਓ ਕਰੇਗੀ ਕਿ ਜੇ ਅਸੀਂ ਕਹੀਏ ਕਿ ਸੀਵਰੇਜ ਦੇ ਪ੍ਰਬੰਧ ਅਸੀਂ ਕਰਨੇ ਜਾਂ ਬਾਬੇ ਨਾਨਕ ਦਾ ਪਿੰਡ ਅਸੀਂ ਬਣਾਉਣਾ ਇਹ ਅਸੀਂ ਬਣਾਉਣੇ, ਅਸੀਂ ਕਰ ਸਕਦੇ ਹਾਂ ਕਿਉਂਕਿ ਸੇਵਾ ਦੇ ਵਿੱਚ ਅਸੀਂ ਕਰ ਸਕਦੇ ਹਾਂ, ਲੇਕਿਨ ਜਿਹੜੀ ਸਰਕਾਰ ਦੀ ਡਿਊਟੀ ਉਹ ਸਰਕਾਰ ਨੇ ਕਰਨੀ ਹੈ, ਜਿਹੜੀ ਸਾਡੀ ਡਿਊਟੀ ਅਸੀਂ ਕਰਨੀ। ਸਰਕਾਰ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਧਾਰਮਿਕ ਮਸਲੇ ਵਿੱਚ ਤੇ ਧਾਰਮਿਕ ਸਮਾਗਮਾਂ ਦੇ ਵਿੱਚ। ਪਰ ਬੀਬੀ ਜੀ, ਇੱਕ ਪਾਸੇ ਲਗਾਤਾਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁਨੇਹਾ ਹੈ ਵੀ ਸਾਂਝੀਵਾਲਤਾ ਦਾ ਉਪਦੇਸ਼ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇੱਕ ਪਾਸੇ ਸਿਰ ਇੱਕ ਸਟੇਜ ਨੂੰ ਲੈ ਕੇ ਤਾਲਮੇਲ ਨਹੀਂ ਬੈਠ ਰਿਹਾ, ਇੱਕ ਸਟੇਜ ਨੂੰ ਲੈ ਕੇ ਰਾਜਨੀਤੀਕਰਨ ਸਿਆਸੀਕਰਨ ਹੋ ਰਿਹਾ ਹੈ, ਕਿਉਂ ਤਾਲਮੇਲ ਕਿਉਂ ਨਹੀਂ ਬੈਠ ਪਾ ਰਿਹਾ ਸਰਕਾਰ ਦੇ ਨਾਲ SGPC ਦਾ? ਤੇਰਾ ਸਵਾਲ ਪੁੱਛਣਾ ਡਿਊਟੀ ਬਣਦੀ ਹੈ ਜੀ, ਪਰ ਮੇਰਾ ਜਵਾਬ ਇਹ ਹੈ ਕਿ ਜਿਹੜੀ ਸਾਡੀ ਡਿਊਟੀ ਅਸੀਂ ਡਿਊਟੀ ਕਰ ਰਹੇ ਹਾਂ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ, ਇਹ ਸਵਾਲ ਉਹਨੂੰ ਕਰੋ ਕਿ ਸਿਆਸੀਕਰਨ ਕਿਉਂ ਕਰ ਰਿਹਾ। ਸੀਐਮ ਪੰਜਾਬ ਦਾ, ਸੀਐਮ ਹੈ ਸਰਕਾਰ ਦਾ, ਮੰਤਰੀ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਹੈ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸਾਰੀ ਕੌਮ ਦੇ
संस्था का प्रधान है, मुखी है जी। और श्रोमणी कमेटी की ड्यूटी ही धर्म प्रचार करना, श्रोमणी कमेटी की ड्यूटी ही गुरमत समागम करने, श्रोमणी गुरुद्वारा प्रबंधक कमेटी की ड्यूटी ही जारी अमृत संचार करना या एजुकेशन दे के लोगों नू सुचेत करना, ये ड्यूटियां साडिया ने। असि अपनी ड्यूटी तो अज नवे कोई शुरू कर लगे, अज तो हजार साल तो ये सत्ता जी सदा ही कर दी गई है, सदी तो पूरी तो ਸ਼੍ਰੋਮਣੀ ਕਮੇਟੀ ਆ ਜ਼ਿੰਮੇਵਾਰੀ ਬਣਦੀ ਹੈ, ਸੁਣ ਕੇ ਕਹਿੰਦੇ ਸੀਗੇ ਜੀ ਠੀਕ ਹੈ ਤੁਹਾਡਾ ਸੁਣਿਆ ਅਸੀਂ ਦੇ ਦਾਂਗੇ ਸੀ ਐਮ ਸਾਹਿਬ ਨੂੰ। ਹੁਣ ਦੱਸੋ ਸੀ ਐਮ ਸਾਹਿਬ ਨੇ ਫੈਸਲਾ ਨੀ ਨਾ ਕਰਨਾ ਕਿ ਪੰਜ ਪਿਆਰੇ ਕਿਹੜੇ ਬਣਾਓ, ਸੀ ਐਮ ਸਾਹਿਬ ਨੇ ਫੈਸਲਾ ਥੋੜੋ ਕਰਨਾ ਕਿ ਸਿੰਘ ਸਾਹਿਬ ਦੀ ਡਿਊਟੀ ਇੱਥੇ ਇਹਨੂੰ ਲਾਓ ਇੱਥੇ ਇਹਨੂੰ ਲਾਓ, ਤੇ ਅਸੀਂ ਲਾਵਾਂਗੇ ਨਾ। ਕੀਰਤਨੀ ਜਥੇ ਕਿਹੜੇ ਬਿਠਾਉਣੇ ਆ, ਕਿਹਨੇ ਅਰਦਾਸ ਕਰਨੀ ਹੈ, ਕਿਹਨੇ ਧਾਬੇ ਤੇ ਬਹਿਣਾ, ਤੇ ਅਸੀਂ ਕਰਨਾ ਨਾ ਜੀ। ਕੜਾਹ ਪ੍ਰਸ਼ਾਦੀ ਦੇਗ ਅਸੀਂ ਕਰਨੀ ਹੈ, ਗੁਰੂ ਕੇ ਲੰਗਰ ਅਸੀਂ ਦਵਾਉਣੇ ਆ, ਉਹ ਸਾਡੀ ਡਿਊਟੀ ਹੈ। ਅਸੀਂ ਤੇ ਹੁਣ ਦੱਸਿਆ ਕਿ ਜਿਹੜੀ ਸਾਡੀ ਡਿਊਟੀ ਹੈ ਅਸੀਂ ਕਰ ਰਹੇ ਹਾਂ। ਤੁਸੀਂ ਕਿਰਪਾ ਕਰਕੇ ਮਾਨਯੋਗ ਮੁੱਖ ਮੰਤਰੀ ਜੀ, ਜਿੱਦਾਂ ਪਹਿਲਾਂ ਸਟੇਜਾਂ ਲੱਗਦੀਆਂ ਰਹੀਆਂ, ਸ਼੍ਰੋਮਣੀ ਕਮੇਟੀ ਲਾਉਂਦੀ ਰਹੀ ਹੈ, ਸਰਕਾਰਾਂ ਨਾਲ ਸਾਥ ਦਿੰਦੀਆਂ ਸੀ ਐਡਮਿਨਿਸਟ੍ਰੇਸ਼ਨ ਦੀਆਂ, ਸਿਕਿਉਰਿਟੀ ਲਾਅ ਐਂਡ ਆਰਡਰ ਜਾਂ ਬਾਹਰੀ ਡਿਵੈਲਪਮੈਂਟ ਜਿਹੜੀ ਇਨਫਰਾਸਟ੍ਰਕਚਰ ਦੀ, ਉਹ ਸਾਰੀ ਤੁਹਾਡੀ ਡਿਊਟੀ ਹੈ, ਤੁਸੀਂ ਕਰੋ। ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੋਵਾਂਗੇ, ਤੁਹਾਡਾ ਸਾਥ ਦਿਆਂਗੇ ਜਿੱਥੇ ਸਾਡੀ ਲੋੜ ਹੋਏਗੀ। ਜਿਹੜੀ ਸਾਡੀ ਡਿਊਟੀ ਹੈ ਤੁਸੀਂ ਸਾਥ ਦਿਓ, ਤੇ ਉੱਥੇ ਆ ਕੇ ਜਿੱਦਾਂ ਪਹਿਲਾਂ ਸਰਕਾਰਾਂ ਆਉਂਦੀਆਂ ਸੀ, ਤੁਸੀਂ ਵੀ ਉੱਥੇ ਆ ਕੇ ਦਰਸ਼ਨ ਦਿਓ। ਪਰ ਮੰਤਰੀ ਸੁਖਜਿੰਦਰ ਰੰਧਾਵਾ ਤਾਲਮੇਲ ਕਮੇਟੀ ਦੀਆਂ ਬੈਠਕਾਂ ਦੇ ਵਿੱਚ ਵੀ ਨਹੀਂ ਪਾਉਣ ਰਹੇ ਸੀਗੇ, ਲਗਾਤਾਰ ਉਹਨਾਂ ਦੀ ਨਾਰਾਜ਼ਗੀ ਬਣੀ ਹੋਈ ਸੀ ਵੀ ਕਹਿੰਦੇ ਐਸ ਜੀ ਪੀ ਸੀ ਜਿਹੜੀ ਹੈ ਉਹ ਅਕਾਲੀ ਦਲ ਦੇ ਹੱਥਾਂ 'ਚ ਖੇਡ ਰਹੀ ਹੈ, ਤੁਸੀਂ ਕਹਿ ਰਹੇ ਹੋ ਸਰਕਾਰ ਜਿਹੜੀ ਹੈ ਉਹ ਐਸ ਜੀ ਪੀ ਸੀ ਦੇ ਨਾਲ ਚੱਲ ਕੇ ਨਹੀਂ ਚੱਲਣਾ ਚਾਹੁੰਦੀ ਹੈ, ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੇਜ ਇੱਕ ਹੋ ਸਕਦੀ ਹੈ? ਆਖਰੀ ਸਵਾਲ ਬੜਾ ਅਫਸੋਸ ਹੈ, ਬੜਾ ਅਫਸੋਸ ਹੈ ਕਿ ਡਿਊਟੀਆਂ ਸਾਡੇ ਕੀਰਤਨੀ ਜਥਿਆਂ ਦੀਆਂ ਕੀ ਅਕਾਲੀ ਦਲ ਨੇ ਲਈਆਂ ਜੀ, ਕੀ ਇੱਥੇ ਸਮਾਗਮ ਜਿਹੜੇ ਆ ਅਕਾਲੀ ਦਲ ਕਰ ਰਿਹਾ ਜੀ? ਸ਼੍ਰੋਮਣੀ ਅਕਾਲੀ ਦਲ ਕੇਵਲ ਆ ਕੇ ਹੱਥ ਪਟਾ ਰਿਹਾ ਕਿ ਸ਼ਹਿਰ ਸੁੰਦਰ ਨਹੀਂ ਸੀ, ਉਹਦੇ ਵਿੱਚ ਆ ਕੇ ਸੁੰਦਰਤਾ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਕਰੋੜਾਂ ਦਾ ਪੇਂਟ ਲਾ ਕੇ ਸਾਰੇ ਸ਼ਹਿਰ ਨੂੰ ਸੁੰਦਰ ਬਣਾਇਆ ਜੀ। ਕਿ ਉਹ ਸੇਵਾ ਕਰ ਰਹੇ ਆ, ਕੀ ਅਸੀਂ ਸੇਵਾ ਨਾ ਕਰਨ ਲਈਏ ਜੀ? ਕਿ ਉੱਥੇ ਆ ਕੇ ਸਾਡੇ ਨਾਲ ਕੋਈ ਸਹਿਯੋਗ ਦਿੰਦੇ ਆ ਸੇਵਾ ਚ, ਕਿ ਅਸੀਂ ਸਹਿਯੋਗ ਨਾ ਦੇਣ ਦਈਏ? ਇਹ ਕਿਸ ਦਿਨ ਆਏ ਆ? ਕਿਤਨੇ ਇਹਨਾਂ ਨੇ ਕਿਹਾ ਹੋਵੇਗਾ ਕਿ ਅਸੀਂ ਆ ਪਾਰਕ ਬਣਾਉਣਾ ਚਾਹੁੰਦੇ ਆ ਤੇ ਅਸੀਂ ਕਹੀਏ ਨਾ ਬਣਾਓ? ਇਹ ਕਿਸ ਦਿਨ ਆਏ ਜਿਹੜਾ ਇਹਨਾਂ ਨੇ ਕਿਹਾ ਕਿ ਕਾਲਜ ਖੋਲਣ ਚਾਹੁੰਦੇ ਆ, ਸਾਨੂੰ ਕਾਲਜ ਖੋਲਣ ਦਿਓ, ਤੇ ਅਸੀਂ ਇਹਨੂੰ ਜਵਾਬ ਦਿੱਤਾ? ਇਹ ਕਿਤਨ ਕਹਿਣ ਆਏ ਆ ਕਿ ਅਸੀਂ ਆ ਕੰਮ ਕਰਨਾ ਜੀ ਸਰਕਾਰ ਵੱਲੋਂ, ਸਾਡਾ ਸਹਿਯੋਗ ਦਿਓ, ਤੇ ਅਸੀਂ ਨਹੀਂ ਸਹਿਯੋਗ ਦਿੱਤਾ? ਅਫਸੋਸ ਇਸ ਗੱਲ ਦਾ ਕਿ ਸਰਕਾਰ ਨੇ ਅੱਜ ਤੱਕ ਸਾਨੂੰ ਇੱਕ ਵੀ ਮੀਟਿੰਗ ਵਾਸਤੇ ਨਹੀਂ ਬੁਲਾਇਆ, ਇੱਕ ਵੀ ਕਾਰਜ ਕਰਨ ਵਾਸਤੇ ਸਾਡਾ ਕੋਈ ਸਲਾਹ ਨਹੀਂ ਲਈ। ਸਟੇਜ 'ਚ ਆ ਕੇ ਬੈਠ ਗਏ ਹੈ, 15 ਦਿਨਾਂ ਦੀ ਸਟੇਜ ਸੱਜੀ ਪਈ ਹੈ, ਅਸੀਂ ਅਜੇ ਹੁਣ ਕੰਮ ਕਰਨ ਲੱਗੇ ਹਾਂ, ਉਡੀਕ ਕੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਆਪਣਾ ਕਾਰਜ ਕਰੇ, ਇਹ ਹੁਣ ਸਾਨੂੰ ਕੋਈ ਜਵਾਬ ਨਹੀਂ ਆ ਰਿਹਾ, ਹਾਰ ਕੇ ਅਸੀਂ ਆਪਣਾ ਜਿਹੜਾ ਕਾਰਜ ਉਹ ਕਰਨ ਲੱਗੇ। ਆਖਰੀ ਸਵਾਲ ਦਊਂਗਾ, ਇਹ ਜਿਹੜਾ 10 ਕਰੋੜ ਦਾ ਟੈਂਡਰ ਹੈ, ਕਿਸ ਕੰਮ ਲਈ, ਕਿਸ ਕੰਪਨੀ ਨੂੰ ਦਿੱਤਾ ਗਿਆ, ਕਿਹੜੀ ਪ੍ਰਾਈਵੇਟ ਕੰਪਨੀ ਆ ਔਰ ਕਿਸ ਕੰਮ ਦੇ ਲਈ 10 ਕਰੋੜ ਦਾ ਟੈਂਡਰ? ਇਹ ਬਕਾਇਦਾ ਟੈਂਡਰ ਹੁੰਦੇ ਆ ਜੀ, ਤੰਬੂਆਂ ਦੇ ਟੈਂਡਰ, ਲਾਈਟਾਂ ਦੇ ਟੈਂਬਰ, ਡੈਕੋਰੇਸ਼ਨ ਦੇ ਟੈਂਡਰ, ਉਹ ਪ੍ਰਧਾਨ ਜੀ ਨੇ ਟੈਂਡਰ ਕਮੇਟੀ ਬਣਾਈ ਸੀ, ਉਹਨਾਂ ਨੇ ਟੈਂਡਰ ਕੀਤੇ ਆ ਜੀ, ਉਹਨਾਂ ਨੂੰ ਪਤਾ ਹੋਣਾ, ਮੈਨੂੰ ਤਾਂ ਪਤਾ ਨਹੀਂ, ਮੈਂ ਵਿਚਾਰ ਨਹੀਂ, ਕਮੇਟੀ 'ਚ ਨਹੀਂ ਹੈ ਜੀ। ਆਖਰੀ ਸਵਾਲ ਲਊਂਗਾ, ਸੰਗਤ ਦੇ ਜਿਹੜੀ ਹੈ ਉਹ ਦੁਬਿਧਾ 'ਚ ਹੈ, ਕਿਹੜੀ ਸਟੇਜ ਦੇ ਉੱਤੇ ਸੰਗਤ ਜਾਊਗੀ, ਕਿਹੜੇ ਪੰਡਾਲ ਦੇ ਵਿੱਚ ਸੰਗਤ ਪਹੁੰਚੂਗੀ, ਕਿਹੜੇ ਸਮਾਗਮ ਵਿੱਚ ਸੰਗਤ? ਚਲੋ ਜੀ, ਮੈਂ ਤਾਂ ਇੱਕੋ ਬੇਨਤੀ ਕਰਦੀ ਸਾਧ ਸੰਗਤ ਜੀ, ਤੁਸੀਂ ਆਨੰਦ ਲਓ, ਜਿੱਥੇ ਤੁਹਾਨੂੰ ਗੁਰਮਤ ਦੇ ਸਮਾਗਮ, ਜਿੱਥੇ ਕੀਰਤਨ ਦਾ ਆਨੰਦ ਆਉਂਦਾ ਕੀਰਤਨ ਸੁਣੋ, ਜਿੱਥੇ ਪ੍ਰਚਾਰ ਦਾ ਆਨੰਦ ਆਉਂਦਾ ਪ੍ਰਚਾਰ ਕਰੋ, ਸੁਣੋ, ਸਰਵਣ ਕਰੋ, ਦੁਬਿਧਾ 'ਚ ਪੈਣ ਦੀ ਲੋੜ ਨਹੀਂ, ਆਨੰਦ ਲਓ, ਤੁਸੀਂ ਗੁਰੂ ਸਾਹਿਬ ਜੀ ਦੇ ਗੀਤ ਗਾਓ, ਜਿੱਥੋਂ ਗੁਰੂ ਸਾਹਿਬ ਦਾ ਸੁਨੇਹਾ ਮਿਲਦਾ, ਗੁਰੂ ਦੇ ਫਲਸਫੇ ਦਾ ਸੁਨੇਹਾ ਮਿਲਦਾ, ਗੁਰੂ ਦੇ ਸਿਧਾਂਤ ਦਾ ਸੁਨੇਹਾ ਮਿਲਦਾ, ਉਹ ਆਪਣੇ ਹਿਰਦੇ 'ਚ ਵਸਾਓ ਤੇ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੋਵੋ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਹੁਕਮ ਜਾਰੀ ਕਰਕੇ ਪਾਕਿਸਤਾਨ ਜਾਣ ਵਾਲਾ ਨਗਰ ਕੀਰਤਨ ਮੁਲਤਵੀ ਕਰਨ ਲਈ ਕਿਹਾ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਪਰਮਜੀਤ ਸਿੰਘ ਸਰਨਾ ਵੱਲੋਂ ਵੱਖ ਵੱਖ ਨਗਰ ਕੀਰਤਨ ਲਿਜਾਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਕਾਰਨ ਸੰਗਤ ਵਿੱਚ ਦੁਵਿਧਾ ਪਾਈ ਜਾ ਰਹੀ ਸੀ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਨਨਕਾਣਾ ਸਾਹਿਬ ਲਿਜਾਣ ਵਾਲੇ ਨਗਰ ਕੀਰਤਨ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਮੁਲਤਵੀ ਕਰਨ ਦਾ ਆਦੇਸ਼ ਦੇ ਦਿੱਤਾ ਗਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਦਿੱਲੀ 'ਚ ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੱਖਰੇ ਵੱਖਰੇ ਨਗਰ ਕੀਰਤਨ ਲਿਜਾਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਕਾਰਨ ਸੰਗਤ 'ਚ ਦੁਵਿਧਾ ਪੈਦਾ ਹੋ ਰਹੀ ਸੀ।
ਤੇ ਨਾਲ ਹੀ ਪਾਕਿਸਤਾਨ ਵੱਲੋਂ ਵੀ ਇੱਕ ਨਗਰ ਕੀਰਤਨ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਕਾਰਨ ਹੁਣ ਅਕਾਲ ਤਖਤ ਸਾਹਿਬ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਪੱਤਰ ਲਿਖ ਕੇ ਨਗਰ ਕੀਰਤਨ ਮੁਲਤਵੀ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇੱਕ ਜਾਂ ਦੋ ਨਹੀਂ ਸਗੋਂ ਕਈ ਸਿੱਖ ਸੰਸਥਾਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ ਕਿਉਂਕਿ ਸਿੱਖਾਂ ਦੀ ਹਰ ਸੰਸਥਾ ਇਤਿਹਾਸਕ ਅਸਥਾਨਾਂ ਅਤੇ ਤਖ਼ਤ ਸਾਹਿਬਾਨ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਵਿੱਚ ਜਾਣਾ ਲੋਚਦੀ ਹੈ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਅਤੇ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਕਤੂਬਰ 2019 ਨੂੰ ਆਰੰਭ ਕੀਤਾ ਜਾਣ ਵਾਲਾ ਜਿਹੜਾ ਨਗਰ ਕੀਰਤਨ ਹੈ ਫਿਲਹਾਲ ਮੁਲਤਵੀ ਕੀਤਾ ਜਾਵੇ ਅਤੇ ਪੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇ ਦਿੱਲੀ ਵਿਖੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਧਾਰਮਿਕ ਪ੍ਰੋਗਰਾਮ ਉਲੀਕਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਹੀ ਨਹੀਂ ਬਲਕਿ ਫਰਜ਼ ਅਤੇ ਜ਼ਿੰਮੇਵਾਰੀ ਵੀ ਹੈ ਫਿਲਹਾਲ ਗੁਰਦੁਆਰਾ ਸ੍ਰੀ ਨਨਕਾਣਾ ਨਾਨਕ ਪਿਆਓ ਸਾਹਿਬ ਤੋਂ 28 ਅਕਤੂਬਰ 2019 ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਸਾਹਿਬਾਨ ਅਤੇ ਸ਼ਾਮਲ ਸੰਗਤ ਦਾ ਵੱਧ ਤੋਂ ਵੱਧ ਸਨਮਾਨ ਅਤੇ ਸਵਾਗਤ ਕੀਤਾ ਜਾਵੇ ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੋਨੇ ਦੀ ਪਾਲਕੀ ਤਿਆਰ ਕਰਨ ਦਾ ਕੰਮ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਰੁਕਵਾ ਦਿੱਤਾ ਗਿਆ ਅੰਮ੍ਰਿਤਸਰ ਤੋਂ ਸਿਕੰਦਰ ਪਰਸੀਚਾ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਸੀਨੀਅਰ ਅਕਾਲੀ ਨੇਤਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਪਾਇਲਟ ਗੱਡੀ ਮੋਗਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ 'ਚ ਇੱਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਮੋਗਾ ਦੇ ਕੋਟਕਪੁਰਾ ਬਾਈਪਾਸ ਨਜ਼ਦੀਕ ਓਵਰ ਬ੍ਰਿਜ ਤੇ ਦੇਰ ਰਾਤ ਟਰੱਕ ਤੇ ਪੁਲਿਸ ਪਾਇਲਟ ਦੀ ਇਨੋਵਾ ਗੱਡੀ ਦੀ ਆਮੋ ਸਾਹਮਣੀ ਟੱਕਰ ਹੋ ਗਈ ਜਿਸ 'ਚ ਇੱਕ ਮੁਲਾਜ਼ਮ ਦੀ ਮੌਤ ਤੇ 4 ਜਣੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਦੱਸ ਦਈਏ ਕਿ ਇਹ ਪਾਇਲਟ ਗੱਡੀ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਦੱਸੀ ਜਾ ਰਹੀ ਹੈ ਜੋ ਕਿ ਦਾਖਾ ਤੋਂ ਚੋਣ ਪ੍ਰਚਾਰ ਕਰ ਵਾਪਸ ਪਰਤ ਰਹੇ ਸਨ ਇੱਥੇ ਵੀ ਦੱਸ ਦਈਏ ਕਿ ਦੋਨਾਂ ਵਾਹਨਾਂ ਦੀ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਪੁਲਿਸ ਦੀ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਦੱਸਿਆ ਜਾ ਰਿਹਾ ਕਿ ਮਰਨ ਵਾਲੇ ਮੁਲਾਜ਼ਮ ਦਾ ਨਾਮ ਗੁੱਡੂ ਕੁਮਾਰ ਹੈ ਜਿਸ ਦੀ ਇਸ ਹਾਦਸੇ 'ਚ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਗਾ ਤੋਂ ਗੁਰਦੇਵ ਭਾਮ ਦੈਨਿਕ ਸਵੇਰਾ ਟੀਵੀ ਮੋਗਾ 'ਚ ਹਾਦਸੇ ਦੀ ਸ਼ਿਕਾਰ ਹੋਈ ਬਿਕਰਮ ਸਿੰਘ ਮਜੀਠੀਆ ਦੀ ਪਾਇਲਟ ਗੱਡੀ ਦੇ ਜ਼ਖਮੀਆਂ ਨੂੰ ਲੁਧਿਆਣਾ ਦੇ DMC 'ਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਮੁਲਾਜ਼ਮ ਨੂੰ ਹੱਥ 'ਤੇ ਪਲਸਤਰ ਲਗਾਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਬਾਕੀਆਂ ਦੀ ਹਾਲਤ ਵੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਦੇ ਕਾਫਲੇ ਦਾ ਮੋਗਾ ਦੇ ਕੋਲੋਂ ਐਕਸੀਡੈਂਟ ਹੁੰਦਾ ਹੈ ਜਿਸ ਦੇ ਵਿੱਚ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਜਾਂਦੀ ਹੈ ਅਤੇ 3 ਤੋਂ 4 ਜਿਹੜੇ ਸੁਰੱਖਿਆ ਕਰਮੀ ਇੰਜਰਡ ਦੱਸੇ ਜਾ ਰਹੇ ਜਿਨ੍ਹਾਂ ਨੂੰ ਲੁਧਿਆਣਾ ਦੇ DMC ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਇੱਕ ਸੁਰੱਖਿਆ ਕਰਮੀ ਦੇ ਹੱਥ ਦੇ ਪਲਸਟਰ ਲਗਾ ਕੇ ਉਸਨੂੰ ਹੁਣ ਛੁੱਟੀ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਾਤ ਨੂੰ ਦੇਰ ਰਾਤ ਜਿਹੜਾ ਇੱਕ ਭਿਆਨਕ ਹਾਦਸਾ ਹੋਇਆ ਸੀ ਉਸ ਦੇ ਵਿੱਚ ਇੱਕ ਜੋ ਕਾਫੀਲੇ ਦੇ ਵਿੱਚ ਕਾਫੀ ਗੱਡੀਆਂ ਟਕਰਾ ਗਈਆਂ ਸੀ ਉਹਦੇ 'ਚ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਜਾਂਦੀ ਹੈ ਅਤੇ 3 ਤੋਂ 4 ਜਿਹੜੇ ਇੰਜਰਡ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ DMC ਲੁਧਿਆਣਾ ਦੇ ਵਿੱਚ ਜਿਹੜੇ ਇੰਜਰਡ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਅਤੇ ਜਿਹੜੇ ਕੁਛ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਹੁਣ ਜਿਹੜੇ ਜ਼ਖਮੀ ਨੇ ਇੱਥੇ ਉਹਨਾਂ ਦਾ ਹਾਲ ਚਾਲ ਪੁੱਛਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਦੇਰ ਰਾਤ ਵਿਕਰਮ ਮਜੀਠੀਆ ਕਰੀਬ 3 ਤੋਂ 4 ਵਜੇ ਦੇ ਕਰੀਬ DMC ਹੋਸਪਿਟਲ ਦੇ ਵਿੱਚ ਆਏ ਸੀਗੇ ਅਤੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਗਏ ਸੀਗੇ DMC ਦੇ ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਯੂਥ ਅਕਾਲੀ ਦਲ ਦੇ ਲੀਡਰ ਨੇ ਗੁਰਦੀਪ ਗੋਸ਼ਾ ਜੀ ਉਹਨਾਂ ਕੋਲ ਜਾਣਕਾਰੀ ਲੈਣੀ ਹੈ ਸਰ ਕਿੰਨੇ ਵਜੇ ਦਾ ਹਾਦਸਾ ਅਤੇ ਕਿੰਨੇ ਜ਼ਖਮੀ ਹੈ ਤਕਰੀਬਨ 1:30 ਵਜੇ ਦੇ ਕਰੀਬ ਹਾਦਸਾ ਹੋਇਆ ਜਿੱਥੇ 5 ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਆਪ ਖੁਦ ਇੱਥੇ ਲੈ ਕੇ ਆਏ ਹੈ ਅਤੇ ਹੁਣ ਪਤਾ ਲੱਗ ਰਿਹਾ ਵੀ ਡਾਕਟਰ ਤੋਂ ਖਤਰੇ ਦੇ ਹਾਲਾਤ ਤੋਂ ਬਾਹਰ ਹੈ ਅਤੇ ਇੱਕ ਗੁੱਡੂ ਕੁਮਾਰ ਹੈ ਜਿਹਦੀ ਮੌਕੇ 'ਤੇ ਡੈੱਥ ਹੋਈ ਹੈ ਅਤੇ ਬੜੀ ਮਤਵਾਕੀ ਘਟਨਾ ਹੋਈ ਹੈ ਬੋਲੇ
ਜਿਹੜੇ ਜ਼ਖਮੀ ਹੈ ਜਾਂ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਪੰਜਾਬ ਪੁਲਿਸ ਦੇ ਜਵਾਨ ਸੀਗੇ ਜਾਂ CSF ਦੇ ਸੀ? ਮੇਰੇ ਖਿਆਲ CSF ਦੇ ਜ਼ਿਆਦਾ ਸੀਗੇ, ਇੱਕ ਮੇਰੇ ਖਿਆਲ ਪੰਜਾਬ ਦਾ, ਹੁਣ ਇਹ ਕਨਫਰਮ ਨਹੀਂ ਹੈਗਾ ਪੂਰਾ, ਬਾਕੀ ਜਿਹਦੀ ਡੈਥ ਹੋਈ ਉਹ ਗੁੱਡੂ ਕੁਮਾਰ, ਉਹ CISF ਦਾ ਸੀਗਾ ਜੀ। ਅਤੇ ਇਸ ਹਾਦਸੇ ਦੇ ਵਿੱਚ ਬਾਕੀ ਹੋਰ ਵਿਕਰਮ ਮਜੀਠੀਆ ਅਤੇ ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਸੁਰੱਖਿਅਤ ਨੇ? ਨਹੀਂ, ਉਹ ਸੁਰੱਖਿਅਤ ਸੀ, ਉਹਨਾਂ ਦਾ ਕਾਫਲਾ ਅੱਗੇ ਸੀ, ਪਿਛਲੇ ਗੱਡੀਆਂ ਨਾਲ ਜਿਹੜੀ ਟੱਕਰ ਹੋਇਆ ਅਤੇ ਟਰੱਕ ਨਾਲ ਵੱਜਿਆ, ਮੋਗੇ ਦੇ ਬਾਈਪਾਸ ਦੇ ਕੋਲ ਹੈ, ਵੀ ਟਰੱਕ ਨੇ ਜਿਹੜੇ ਮਾਰੀ ਗੱਡੀ। ਅਤੇ ਜਿਹੜੇ ਗੱਡੀ ਦੇ ਨਾਲ ਹਾਦਸਾ ਹੋਇਆ ਉਹ ਟਰੱਕ ਦੇ ਨਾਲ ਹੋਇਆ, ਉਹ ਡਰਾਈਵਰ ਫਰਾਰ ਹੈ ਕਿ ਫੜਿਆ ਗਿਆ ਵਾ? ਇਹਦੇ ਬਾਰੇ ਮੈਨੂੰ ਪੂਰਾ ਪਤਾ ਨਹੀਂ ਗਾ, ਵੀ ਉਹ ਤਾਂ ਹੁਣ ਪੁੱਕ ਦੀ ਪੁਲਿਸ ਹੀ ਦੱਸ ਸਕਦੀ ਹੈ, ਕਿਉਂਕਿ ਜਦੋਂ ਐਕਸੀਡੈਂਟ ਹੋਇਆ ਤਾਂ ਇਹ ਮੋਗੇ ਦੇ ਬਾਈਪਾਸ ਦੇ ਕੋਲ ਹੋਇਆ ਜੀ। ਅਤੇ ਹੁਣ ਤੁਸੀਂ ਇੱਥੇ DMC ਦੇ ਵਿੱਚ ਜਿਹੜੇ ਇੰਜਰ ਨੇ ਉਹਨਾਂ ਦੀ ਕੀ ਪੋਜੀਸ਼ਨ ਆਈ? ਡਾਕਟਰ ਸਾਹਿਬ ਕਹਿ ਰਹੇ ਵੀ ਖਤਰੇ ਤੋਂ ਬਾਹਰ ਹੈ, ਮੈਂ ਸਮਝਦਾ ਵੀ ਪ੍ਰਮਾਤਮਾ ਕਰੇ ਵੀ ਉਹ ਜਲਦੀ ਘਰ ਜਾ ਸਕਣ, ਸਰਜਰੀ ਹੋ ਰਹੀ ਉਹਨਾਂ ਦੀ, ਪਤਾ ਲੱਗ ਜਾਏਗਾ, ਬਾਕੀ ਹੈ ਠੀਕ ਲੱਗ ਰਿਹਾ ਜੀ। ਬਿਲਕੁਲ, ਇਹ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਦੇ ਆਗੂ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ 5 ਜ਼ਖਮੀ ਹੋਏ ਸੀਗੇ ਜਿਨ੍ਹਾਂ ਨੂੰ DMC ਦਾਖਲ ਕਰਾਇਆ ਗਿਆ ਸੀ, ਅਤੇ ਇੱਕ ਦੀ ਜਿਹੜੇ ਸੁਰੱਖਿਆ ਕਰਮੀ CISF ਦਾ ਜਵਾਨ ਦੱਸਿਆ ਜਾ ਰਿਹਾ, ਜਿਸ ਦੀ ਮੌਤ ਹੋਈ ਆ, ਅਤੇ ਇੱਕ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਤਸਵੀਰਾਂ ਦਿਖਾਇਆ ਕਿ ਇੱਕ ਜਿਹੜਾ ਜਵਾਨ ਆ ਉਸਨੂੰ ਹੱਥ 'ਤੇ ਪਲਸਤਰ ਲਗਾ ਕੇ ਅਤੇ ਕੁਛ ਹੋਰ ਬੈਂਡੇਜ ਵਗੈਰਾ ਕਰਕੇ ਉਸਨੂੰ ਛੁੱਟੀ ਵੀ ਦਿੱਤੀ ਗਈ ਆ, ਅਤੇ ਕੁੱਲ ਮਿਲਾ ਕੇ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ CISF ਦੇ ਜਿਹੜੇ ਜਵਾਨ ਦੀ ਮੌਤ ਹੋ ਜਾਂਦੀ ਹੈ, ਅਤੇ 4 ਦੇ ਕਰੀਬ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਲੁਧਿਆਣਾ ਦੇ DMC ਦੇ ਵਿੱਚ ਇਲਾਜ ਵਾਸਤੇ ਭਰਤੀ ਕੀਤਾ ਜਾ ਰਿਹਾ, ਅਤੇ ਉਹਨਾਂ ਦੀ ਹਾਲਤ ਐਸਟਮ ਗੰਭੀਰ ਤੋਂ ਗੰਭੀਰ ਬਤਾਈ ਜਾਂਦੀ ਆ, ਅਤੇ ਦੇਖਣਾ ਹੋਵੇਗਾ ਕਿ ਕਦੋਂ ਇਸ ਹਾਦਸੇ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਦੀ ਆ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ TV ਲੁਧਿਆਣਾ। ਪਿਛਲੇ 3 ਦਿਨਾਂ ਤੋਂ ਲਗਾਤਾਰ ਫਿਰੋਜ਼ਪੁਰ ਦੇ ਸਰਹੱਦੀ ਖੇਤਰ 'ਚ ਪਾਕਿਸਤਾਨੀ ਡਰੋਨ ਵੇਖਿਆ ਜਾ ਰਿਹਾ ਹੈ, ਜਿਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਤੇ BSF ਦੇ ਜਵਾਨਾਂ ਨੇ ਇਸ ਇਲਾਕੇ 'ਚ ਚੌਕਸੀ ਵਧਾ ਦਿੱਤੀ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਝੁੱਗੇ ਹਾਜ਼ਰਾ ਸਿੰਘ ਵਾਲਾ 'ਚ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਇੱਥੇ ਦੱਸ ਦਈਏ ਕਿ ਲਗਾਤਾਰ 3 ਦਿਨ ਹੈ ਜਦੋਂ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਵਿੱਚ ਪਾਕਿਸਤਾਨੀ ਡਰੋਨ ਦੇਖਣ ਨੂੰ ਮਿਲਿਆ, ਜਿਸ ਦੀਆਂ ਕਿ ਪਿੰਡ ਵਾਸੀਆਂ ਦੇ ਵੱਲੋਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕਰ ਲਈਆਂ ਗਈਆਂ। ਲਗਾਤਾਰ ਫਿਰੋਜ਼ਪੁਰ ਦੇ ਪਿੰਡਾਂ 'ਚ ਦਿਸ ਰਹੇ ਪਾਕਿਸਤਾਨੀ ਡਰੋਨ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਕ ਦੀ ਤਾਂ ਬਹੁਤ ਤੇਜ਼ ਸੀ ਤੇ ਇੱਕ ਦੀ ਘੱਟ ਸੀ। ਕਿੰਨੇ ਸੀਗੇ ਇੱਥੇ ਟੋਟਲ? ਦੋ ਆਏ ਤੇ ਇੱਧਰ ਪਾਕਿਸਤਾਨ ਪਾਸੋਂ ਆਏ ਨੇ ਤੇ ਇੱਧਰ ਫਿਰੋਜ਼ਪੁਰ ਨੂੰ ਸਿੱਧੇ ਗਏ ਆ, ਇੱਧਰੋਂ ਨਿਕਲ ਗਏ, ਇੱਧਰੋਂ ਗਏ, ਤੇ ਇੱਕ ਤਾਂ ਫਿਰ ਉੱਥੇ ਪਿੱਛੇ ਹੀ ਵੀ ਭਸਮ ਹੋ ਗਿਆ, ਤੇ ਇੱਕ ਬਹੁਤ ਤੇਜ਼ ਵੀ ਚਲਾ ਗਿਆ, ਅਗਾ ਲੰਘ ਗਿਆ। ਤੇ ਕਿੰਨੀ ਕੁ ਸਪੀਡ ਸੀ? ਰੋਸ਼ਨੀ ਸਪੀਡ ਹੁੰਦੀ ਵਾਹਵਾ ਸੀ, ਸਪੀਡ ਵਾਹਵਾ, ਰੋਸ਼ਨੀ ਫੁੱਲ ਸੀ ਵੀ ਜਿਵੇਂ ਤਾਰਾ ਟੁੱਟਾ ਹੁੰਦਾ ਵੀ ਜਾਂਦਾ ਤੇ ਇੱਕਦਮ ਇਹ ਜਗਦਾ ਹੀ ਆਇਆ, ਜਗਦਾ ਹੀ ਆਇਆ, ਜਗਦਾ ਪਿੰਡ ਤੋਂ ਅੱਗੇ ਨਿਕਲ ਗਿਆ। ਜਿਸ ਨੂੰ ਲੈ ਕੇ BSF ਤੇ ਪੁਲਿਸ ਦੇ ਵੱਲੋਂ ਲਗਾਤਾਰ ਸਰਹੱਦੀ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਫਿਰੋਜ਼ਪੁਰ ਤੋਂ ਅਕਸ਼ੇ ਗਲੋਤਰਾ, ਦੈਨਿਕ ਸੁਰਾ TV। ਕੁਆਲਾਲੰਪੁਰ 'ਚ ਹੋਈ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਕਾਂਸੀ ਦਾ ਤਮਗਾ ਪਾਉਣ ਵਾਲੀ ਜਸਜੀਤ ਕੌਰ ਦਾ ਉਸ ਦੇ ਆਪਣੇ ਸ਼ਹਿਰ ਮੰਡੀ ਗੋਬਿੰਦਗੜ੍ਹ ਪਹੁੰਚਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜਸਜੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਜਸਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਅਗਲਾ ਮਕਸਦ ਓਲੰਪਿਕ 'ਚ ਭਾਰਤ ਲਈ ਤਮਗਾ ਜਿੱਤਣਾ ਹੈ। ਹਾਲ ਹੀ ਦੇ ਵਿੱਚ ਕੁਆਲਾਲੰਪੁਰ ਤੇ ਥਾਈਲੈਂਡ ਦੇ ਫੁਕੇਲ ਸ਼ਹਿਰ 'ਚ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਜਸਜੀਤ ਕੌਰ ਨੇ 3 ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ 'ਚ ਪਾਇਆ, ਜਿਸ ਤੋਂ ਬਾਅਦ ਉਸਦਾ ਮੰਡੀ ਗੋਬਿੰਦਗੜ੍ਹ ਪਹੁੰਚਣ ਤੇ ਉਸਦੇ ਪਰਿਵਾਰ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਫੁੱਲਾਂ ਦੇ ਮਹਾਰਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਸਜੀਤ ਕੌਰ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਓਲੰਪਿਕ ਖੇਡਣਾ ਹੈ। ਮੈਂ ਮਾਰਸ਼ਲ ਆਰਟ ਕੀ ਗੇਮ ਹੈ, ਪੈਂਚਿਕ ਸੇਲ ਆਰਟ, ਇਹ ਇੰਡੋਨੇਸ਼ੀਆ ਕੀ ਗੇਮ ਹੈ ਔਰ ਇਹ ਇੰਡੀਆ ਮੇਂ ਨਹੀਂ ਹੈ, ਤੋ ਇਸੀ ਵਜ੍ਹਾ ਸੇ ਯਹਾਂ ਪੇ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ, ਕਿਉਂਕਿ ਹਰ ਪਲੇਅਰ ਨਈ ਨਈ ਗੇਮ ਜੁਆਇਨ ਕਰਨਾ ਚਾਹਤਾ ਹੈ, ਕਿਉਂਕਿ ਹਮਾਰੀ ਯਹਾਂ ਪੇ ਬਹੁਤ ਕਮ ਲੋਕ ਹੈ ਪੰਜਾਬ ਮੇਂ ਜੋ ਗੇਮਸ ਕਰਤੇ ਹੈ ਔਰ ਲੜਕੀਆਂ ਬਹੁਤ ਕਮ ਕਰਤੀ ਹੈ, ਇਸੀ ਲਈ ਮੈਂ ਇਹ ਚਾਹਤੀ ਥੀ ਕਿ ਮੈਂ ਵੀ ਕੁਛ ਖੇਲੋ ਮੈਂ ਕਰੂੰ, ਕਿਉਂਕਿ ਮੇਰੇ ਪਿਤਾ ਕਾ ਸਪਨਾ ਥਾ ਔਰ ਮੈਂ ਅੱਜ ਵੋ ਸਪਨਾ ਪੂਰਾ ਕਰਨਾ ਚਾਹਤੀ ਹੂੰ ਔਰ ਮੈਂ ਆਨੇ ਵਾਲੀ ਓਲੰਪਿਕਸ ਗੇਮ ਮੇਂ ਪਾਰਟੀਸਪੇਟ ਕਰਨਾ ਚਾਹਤੀ ਹੂੰ। ਏਕ ਵੇਟ ਮੇਂ ਦੇਖਾ ਜਾਏ ਤੋ 16 ਬੱਚੋਂ ਕੋ ਕੰਪੀਟੇਟ ਕਰਨਾ ਬਹੁਤ ਮੁਸ਼ਕਿਲ ਹੋ ਜਾਤਾ ਹੈ ਔਰ ਇਹ ਸਤਿਗੁਰ ਕੀ ਕਿਰਪਾ ਹੈ ਕਿ ਹਮ ਕਹੀਂ ਨਾ ਕਹੀਂ ਪੋਜੀਸ਼ਨ ਲੈ ਰਹੇ ਹਾਂ ਅੱਜ ਔਰ ਇੰਡੀਆ ਕਾ ਨਾਮ ਵੀ ਹੋ ਰਿਹਾ ਹੈ ਕਹੀਂ ਨਾ ਕਹੀਂ। ਅੱਜ ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਕਿ ਮੇਰੀ ਬੇਟੀ ਨੇ ਮੈਨੂੰ ਉਹ ਸੁਪਨਾ ਸਾਕਾਰ ਹੁੰਦਾ ਦਿਸ ਰਿਹਾ ਵੀ
ਜੋ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਇੱਥੇ ਵੀ ਆਪਣੀ ਬੇਟੀ ਤੋਂ ਇਹ ਉਮੀਦ ਤੋਂ ਵੱਧ ਕੇ ਮੈਨੂੰ ਮਿਲਿਆ। ਖੁਸ਼ੀ ਤਾਂ ਪੁੱਛਣਾ ਕੁਛ, ਇੰਨੀ ਕੁ ਖੁਸ਼ੀ ਹੈ ਵੀ ਸਾਡੀ ਬੱਚੀ ਵਰਲਡ ਲੈਵਲ 'ਤੇ ਕੱਪ ਜਿੱਤ ਕੇ ਆਈ ਹੈ। ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਥੱਲੇ ਤੇ ਉੱਪਰ ਤੱਕ ਜਿਹੜਾ ਪੱਜੇ ਉਹਨੂੰ ਪਤਾ ਹੀ ਹੁੰਦਾ ਕਿ ਖੁਸ਼ੀ ਹੈ। ਦੱਸ ਦਈਏ ਕਿ ਵਿਦੇਸ਼ੀ ਧਰਤੀ ਤੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਹੁਣ ਜਸਜੀਤ ਕੌਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ, ਦੈਨਿਕ ਸੁਰਾ ਟੀਵੀ। ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਮੀਟਿੰਗ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਹਨਾਂ ਦੇ ਨਿਪਟਾਰੇ ਲਈ ਮੌਕੇ ਤੇ ਹੀ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿੱਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਵੀ ਮੌਜੂਦ ਸਨ। ਹਲਕਾ ਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਵੱਲੋਂ ਮੰਡੀ ਗੋਬਿੰਦਗੜ੍ਹ 'ਚ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ 'ਚ ਵਿਧਾਇਕ ਦੇ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਮੀਟਿੰਗ ਦੇ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਜਿਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਲਈ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼ਹਿਰ ਵਾਲੋ ਕੀ ਹਰ ਜੈਸੇ ਹਰ ਹਫਤੇ ਹਮ ਬੈਠਤੇ ਹੈ ਸ਼ਹਿਰ ਵਾਲੋ ਕੀ ਨਗਰ ਕੌਂਸਲ ਕੇ ਤਹਿਤ ਪ੍ਰਧਾਨ ਜੀ ਕੇ ਸਾਥ ਔਰ ਸਾਰੇ ਹੀ ਕੌਂਸਲਰ ਸਾਹਿਬਾਨ ਕੇ ਜੋ ਸਮੱਸਿਆ ਹੈ ਹਮ ਕੋਸ਼ਿਸ਼ ਕਰ ਰਹੇ ਹੈ ਕਿ ਉਨਕਾ ਉਪਾਅ ਕੀਆ ਜਾਏ ਤਾਂ ਕਿ ਲੋਗੋ ਕੋ ਜੋ ਸਹੂਲਤ ਹੈ ਨਗਰ ਕੌਂਸਲ ਕੇ ਅਧੀਨ ਉਹ ਦੀ ਜਾਏ ਔਰ ਗਾਹਾਂ ਕੋ ਜੋ ਸਰਕਾਰ ਕੇ ਤਹਿਤ ਵੀ ਹਮਾਰਾ ਵਾਅਦਾ ਹੈ ਕਿ ਹਮਾਰੀ ਸਰਕਾਰ ਘਰ ਘਰ ਤੱਕ ਪਹੁੰਚੇਗੀ ਤਾਂ ਕਿ ਲੋਗੋ ਕੇ ਜੋ ਸੰਵਿਧਾਨ ਤਹਿਤ ਹਮ ਉਨਕੋ ਸਹੂਲਤ ਦੇ ਸਕਤੇ ਹੈ ਉਹ ਦੇ ਰਾਹਤ ਦੇ ਔਰ ਉਹ ਹਮ ਕਾਰਜ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ। ਨਹੀਂ ਨਗਰ ਕੌਂਸਲ ਦਾ ਅੱਜ ਵੀ ਰੇਹੜੀਆਂ ਦੀ ਇਨਕਰੋਚਮੈਂਟ ਦਾ ਮਸਲਾ ਸਾਡੇ ਸਾਹਮਣੇ ਆਇਆ ਔਰ ਬਕਾਇਦਾ ਅਸੀਂ ਫੈਸਲਾ ਲਿੱਤਾ ਕਿ ਉਹਨਾਂ ਨੇ ਅਸੀਂ ਚਲਾਨ ਕੱਟਾਂਗੇ ਉਹਨਾਂ ਨਾਲ ਸਖ਼ਤ ਕਾਰਵਾਈ ਕਰਾਂਗੇ ਕਿਉਂਕਿ ਜਿਹੜੀ ਸਾਡਾ ਫਰਜ਼ ਹੈ ਕਿ ਸ਼ਹਿਰ ਨੂੰ ਸਹੂਲਤ ਦੇਣਾ ਔਰ ਜਿਹੜੇ ਲੋਕ ਸ਼ਹਿਰ 'ਚ ਵਿਘਨ ਪਾਉਣਗੇ ਉਹਨਾਂ 'ਤੇ ਕਾਨੂੰਨੀ ਕਾਰਵਾਈ, ਕਾਨੂੰਨ ਮੇਰੇ ਲਈ ਵੀ ਉਹੀ ਹੈ ਉਹਨਾਂ ਲਈ ਵੀ ਉਹੀ ਹੈ ਸੋ ਬਕਾਇਦਾ ਉਹਨਾਂ ਨੂੰ ਇਸ ਕਾਨੂੰਨ ਦਾ ਸਾਹਮਣਾ ਕਰਨਾ ਪੈਣਾ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ, ਦੈਨਿਕ ਸੁਰਾ ਟੀਵੀ। ਗੁਰਦਾਸਪੁਰ ਦੇ ਪਿੰਡ ਸਰਸਪੁਰ ਦਾ ਬੱਚਾ ਜੋ ਕਿ ਫਰਵਰੀ ਵਿੱਚ ਲਾਪਤਾ ਹੋ ਗਿਆ ਸੀ ਦੁਸ਼ਹਿਰੇ ਵਾਲੇ ਦਿਨ ਸੋਸ਼ਲ ਮੀਡੀਆ ਦੀ ਮਦਦ ਨਾਲ ਪਰਿਵਾਰ ਤੱਕ ਪਹੁੰਚ ਗਿਆ। ਵੇਖੋ ਇਸ ਬਾਰੇ ਸਾਡੇ ਪੱਤਰਕਾਰ ਸੰਜੀਵ ਮਲਹੋਤਰਾ ਦੀ ਖਾਸ ਰਿਪੋਰਟ। ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ, ਇਹ ਕਹਾਵਤ ਢੁੱਕਦੀ ਹੈ ਗੁਰਦਾਸਪੁਰ ਦੇ ਪਿੰਡ ਸਰਸਪੁਰ ਦੇ ਇੱਕ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਦਿਵਿਆਂਗ ਬੱਚਾ ਅੱਜ ਤੋਂ ਕੋਈ 8 ਕੁ ਮਹੀਨੇ ਪਹਿਲਾਂ ਭੇਤ ਭਰੇ ਹਾਲਾਤਾਂ ਦੇ ਵਿੱਚ ਗਾਇਬ ਹੋ ਗਿਆ ਸੀ ਅਤੇ ਬੜੇ ਹੀ ਦਿਲਚਸਪ ਤਰੀਕੇ ਨਾਲ ਉਹ ਪਰਿਵਾਰ ਨੂੰ ਵਾਪਸ ਮਿਲ ਗਿਆ ਅਤੇ ਜਾਣਾਂਗੇ ਕੀ ਹੈ ਪੂਰੀ ਕਹਾਣੀ। ਪੂਰਾ ਪਰਿਵਾਰ ਸਾਡੇ ਨਾਲ ਹੈ, ਗੱਲ ਕਰਾਂਗੇ ਉਹਦੇ ਨਾਲ। ਕੀ ਨਾਂ ਜੀ ਤੁਹਾਡਾ? ਸਰਦਾ ਮੰਗਲ ਸਿੰਘ ਆ ਜੀ। ਮੰਗਲ ਸਿੰਘ ਜੀ, ਕੀ ਨਾਂ ਤੁਹਾਡੇ ਦਿਵਿਆਂਗ ਬੱਚੇ ਦਾ ਜਿਹੜਾ ਗਾਇਬ ਹੋ ਗਿਆ ਸੀ ਅਤੇ ਹੁਣ ਮਿਲ ਗਿਆ? ਇਹਦਾ ਨਾਂ ਨਿਸ਼ਾਨ ਸਿੰਘ ਆ ਜੀ, ਉਰਫ ਮੇਜਰ ਕਰਕੇ ਜਾਣੀਦਾ ਇਹਨੂੰ ਜੀ। ਘਰ ਤੁਸੀਂ ਇਹਨੂੰ ਮੇਜਰ ਕਹਿੰਦੇ ਹੋ? ਮੇਜਰ ਕਹਿੰਦੇ ਆ ਜੀ। ਕਦੋਂ ਗੁਆਚ ਗਏ ਸੀ ਮੇਜਰ ਸਿੰਘ ਹੋਣੇ ਜਿਹੜੇ ਕਿ ਹੁਣ ਤੁਹਾਨੂੰ ਮਿਲੇ ਆ, ਕਦੋਂ ਅਤੇ ਕਿਹਨਾਂ ਹਾਲਾਤਾਂ 'ਚ ਗੁਆਚੇ ਸੀ? ਇਹ 10 ਫਰਵਰੀ ਨੂੰ ਸਾਡੇ ਘਰੋਂ ਗਿਆ ਜੀ, 10 ਫਰਵਰੀ 2019 'ਚ ਸਿਆਲ ਦੇ ਸਮੇਂ 'ਚ ਘਰੋਂ ਗਿਆ, ਕੋਈ 12 ਕੁ ਵਜੇ ਦੇ ਕਰੀਬ ਗਿਆ। ਅਤੇ ਇਹ ਬੋਲ ਸਕਦਾ ਮੇਜਰ ਸਿੰਘ? ਇਹ ਬੋਲ ਨਹੀਂ ਸਕਦਾ ਸਰ। ਅਤੇ ਦੇਖ ਸਕਦਾ? ਹਾਂਜੀ ਦੇਖ ਸਕਦਾ ਵਾ, ਬਾਕੀ ਸਮਝ ਸਕਦਾ, ਸਾਰੀ ਗੱਲ ਸਮਝਦਾ ਸਾਹਮਣੇ ਹੋਇਆ। ਅਤੇ ਉਸ ਤੋਂ ਬਾਅਦ ਤੁਸੀਂ ਦੇਖਭਾਲ ਕੀਤੀ, ਕੋਈ ਪੁੱਛ ਪੜਤਾਲ ਕੀਤੀ, ਕੋਈ ਥਾਣੇ ਐਪਲੀਕੇਸ਼ਨ ਜਾਂ ਕਿਸੇ ਤਰ੍ਹਾਂ ਦੀ ਕੋਈ ਜੱਦੋਜਹਿਦ ਕੀ ਮਿਲ ਸਕੇ ਤੁਹਾਨੂੰ? ਹਾਂਜੀ ਅਸੀਂ ਤਿੱਬਰ ਥਾਣੇ ਦੇ ਵਿੱਚ ਰਾਬਟੇ ਦੀ ਜਿਹੜੀ ਗੁੰਮਸ਼ੁਦਾ ਦੀ ਜਿਹੜੀ ਦਰਜ ਕਰਵਾਈ ਸੀਗੀ। ਹਾਂਜੀ ਅਤੇ ਇੱਕ ਤਰ੍ਹਾਂ ਦੀ ਉਮੀਦ ਖਤਮ ਹੋ ਚੁੱਕੀ ਸੀਗੀ ਕਿ ਇਹ ਮਿਲੇਗਾ ਤੁਹਾਨੂੰ, ਕਿਉਂਕਿ 8 ਕੁ ਮਹੀਨੇ ਬੜਾ ਲੰਬਾ ਸਮਾਂ ਹੁੰਦਾ। ਹਾਂਜੀ ਸਰ, ਬਹੁਤ ਜ਼ਿਆਦਾ ਮਤਲਬ ਸਮਾਂ ਬੀਤ ਗਿਆ ਸੀ, ਅਸੀਂ ਤਾਂ ਕਹਿੰਦੇ ਸੀ ਵੀ ਨਹੀਂ ਪਤਾ ਚੱਲਣਾ, ਚਲੋ ਮਾਲਕ ਦਾ ਸ਼ੁਕਰ ਹੋਇਆ। ਅਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਬੱਚਾ ਕਿੱਥੇ ਹੈ ਜਾਂ ਕਿਸ ਤਰ੍ਹਾਂ ਉਹ ਨਜ਼ਰ ਵਿੱਚ ਆਇਆ? ਇਹ ਸਰ 19 ਸਤੰਬਰ ਨੂੰ ਇੱਥੇ ਗਾਣਾ ਸਤਿੰਦਰ ਸਤਾਜ ਦਾ ਰਿਲੀਜ਼ ਹੋਇਆ ਪ੍ਰਭ ਆਸਰਾ ਪਟਿਆਲਾ ਦੇ ਵਿੱਚ ਪੁਰਾਲੀ ਦੇ ਕੋਲ, ਉਸ ਉਹਦੇ ਰਾਹੀਂ ਜੂੜੇ ਰਾਹੀਂ ਬੱਚਿਆਂ ਨੇ ਦੇਖਿਆ ਅਤੇ ਉਹਦੀ ਤਸਵੀਰ ਜਿਹੜੀ ਸੀ ਸਾਨੂੰ ਬੱਚਿਆਂ ਨੇ ਦਿਖਾਈ ਕਿ ਤੁਹਾਡਾ ਪੇਜਰ ਜਿਹੜਾ ਵਾ ਵੀ ਉਹ ਗਾਣੇ ਦੇ ਵਿੱਚ ਹੈ। ਅਸੀਂ ਉਹਨਾਂ ਦੇ ਪ੍ਰਭ ਆਸਰਾ ਦਾ ਜਿਹੜਾ ਬੋਰਡ ਸੀਗਾ ਉਹ ਤੋਂ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕੀਤਾ, ਫਿਰ ਇਹਦੀ ਜਿਹੜੀ ਵੀਡੀਓ ਸੀਗੀ ਉਹ ਅਸੀਂ ਉਹਨਾਂ ਨੂੰ ਭੇਜੀ। ਚਲੋ ਉਹਨਾਂ ਨੇ ਸਾਨੂੰ ਫਿਰ ਦੱਸਿਆ ਵੀ ਬੱਚਾ ਜਿਹੜਾ ਸਾਡੇ ਕੋਲ ਹੈਗਾ। ਉਹਨਾਂ ਨੇ ਫਿਰ ਕਿਸ ਤਰ੍ਹਾਂ ਦੀ ਅਪਰੋਚ ਕੀਤੀ, ਕੀ ਦੱਸਿਆ ਉਹਨਾਂ ਨੇ ਤੁਹਾਨੂੰ ਕਿ ਉਹਨਾਂ ਨੇ ਕਿਸ ਤਰ੍ਹਾਂ ਅਪਰੋਚ ਕਰਕੇ ਕਲੀਅਰ ਕਰਵਾਇਆ ਕਿ ਬੱਚਾ ਤੁਹਾਡਾ ਤੁਹਾਡੇ ਹੱਥ ਉਹਨਾਂ ਨੇ ਕਿੱਦਾਂ ਸੌਂਪਿਆ?
ਉਹ ਜੀ ਸਾਨੂੰ ਅਸੀਂ ਇੱਕ ਵਾਰੀ ਪਹਿਲਾਂ ਗਏ ਉਹਨਾਂ ਕੋਲ, ਉਹਨਾਂ ਨੇ ਕਿਹਾ ਕਿ ਡੀਸੀ ਤੋਂ ਪਰਮਿਸ਼ਨ ਤੁਹਾਨੂੰ ਜਿਹੜੀ ਆ ਵੀ ਲੈਣੀ ਪੈਣੀ ਆ। ਅਸੀਂ ਇੱਥੇ ਐਪਲੀਕੇਸ਼ਨ ਡੀਸੀ ਸਾਹਿਬ ਦੇ ਜਾ ਕੇ ਦਿੱਤੀ ਹੈ 27 ਤਰੀਕ ਨੂੰ, ਅਤੇ ਉਹਨਾਂ ਨੇ ਸਾਨੂੰ ਉੱਥੋਂ ਜਿਹੜਾ ਵਾ ਉਹ ਆਪਣੇ ਬਿਮਾਰ ਕਰਕੇ ਦੇ ਦਿੱਤਾ, ਸਾਨੂੰ ਪਰਮਿਸ਼ਨ ਜਿਹੜੀ ਸੀਗੀ ਉਹ ਦੇ ਦਿੱਤੀ, ਅਤੇ ਅਸੀਂ ਜਿਹੜਾ ਬੱਚਾ ਜਾ ਕੇ ਉਹਨਾਂ ਲੀਗਲੀ ਪ੍ਰੋਸੈਸ ਤੁਹਾਨੂੰ ਪੂਰਾ ਕਰਨਾ ਪਿਆ? ਹਾਂਜੀ, ਉਹ ਕੀਤਾ ਪੂਰਾ, ਉਹਦੇ ਮੁਤਾਬਕ ਸਾਨੂੰ ਬੱਚਾ ਜਿਹੜਾ ਸੀ ਉਹਨਾਂ ਨੇ ਉਹਨਾਂ ਦੇ ਜਿਹੜੇ ਡਾਕੂਮੈਂਟ ਪੜ੍ਹ ਕੇ ਅਤੇ ਸਾਨੂੰ ਬੱਚਾ ਸਾਡੇ ਹਵਾਲੇ ਜਿਹੜਾ ਸੀ ਕਰ ਦਿੱਤਾ ਪ੍ਰਭ ਆਸਰਾ ਨੇ ਜੀ। ਸਰਤਾਜ ਦੀ ਜਿਹੜੀ ਵੀਡੀਓ ਹੈ ਤੁਸੀਂ ਦੇਖੀ ਸੀ, ਉਹਦੇ ਵਿੱਚ ਤੁਸੀਂ ਆਪ ਤਸੱਲੀ ਕਰ ਲਈ ਸੀ ਕਿ ਇਹ ਤੁਹਾਡਾ ਮੇਜਰ ਹੀ ਹੈ? ਹਾਂਜੀ ਹਾਂਜੀ, ਉਹਦੀ ਅਸੀਂ ਚੈੱਕ ਕੀਤੀ ਜੀ, ਸਾਡੇ ਸਾਰੇ ਪਰਿਵਾਰ ਨੇ, ਸਾਡੇ ਬੱਚਿਆਂ ਨੇ, ਸਾਡੇ ਨੌਹਰਾਂ ਨੇ, ਉਹਨਾਂ ਨੇ ਸਾਰਿਆਂ ਨੇ ਜਦੋਂ ਦੇਖੀ ਆ, ਅਤੇ ਫਿਰ ਅਸੀਂ ਉਹਦੀਆਂ ਫੋਟੋਆਂ ਵਿੱਚੋਂ ਲਈਆਂ ਨੇ, ਅਤੇ ਲੈ ਕੇ ਫਿਰ ਪੂਰੀ ਤਸੱਲੀ ਕਰਕੇ ਫਿਰ ਅਸੀਂ ਉਹਨਾਂ ਨੂੰ ਵੀ ਫੋਨ ਕੀਤਾ। ਅਤੇ ਪਿੰਡ ਵਾਲੇ ਸਾਰੇ ਆ ਰਹੇ ਹੋਣੇ ਉਸ ਜਦੋਂ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਤੁਹਾਡਾ ਬੇਟਾ ਵਾਪਸ ਆ ਗਿਆ? ਹਾਂਜੀ, ਸਾਡੇ ਸਾਰੇ ਪਿੰਡ ਦੇ ਵਿੱਚ ਹੀ ਪ੍ਰਚਲਿਤ ਹੋ ਗਿਆ ਕਿ ਮੇਜਰ ਜਿਹੜਾ ਵਾ ਵੀ ਮਿਲ ਗਿਆ, ਫਲਾਣੇ ਥਾਂ ਹੈਗਾ, ਤੁਸੀਂ ਗਏ ਨਹੀਂ ਲੈਣ, ਅਤੇ ਸਾਨੂੰ ਜੋ ਉਹਨਾਂ ਨੇ ਹਦਾਇਤ ਕੀਤੀ ਸੀ, ਫਿਰ ਅਸੀਂ ਡੀ ਸੀ ਸਾਹਿਬ ਦੇ ਆਰਡਰ ਤੋਂ ਪਹਿਲਾਂ ਨਹੀਂ ਸੀ ਲੈ ਸਕਦੇ, ਉਹ ਸਾਨੂੰ ਜਦੋਂ ਆਰਡਰ ਮਿਲ ਗਿਆ ਅਸੀਂ ਫਿਰ ਜਾ ਕੇ ਅਤੇ ਬੱਚਾ ਜਿਹੜਾ ਸੀਗਾ ਉਹ ਲੈ ਕੇ ਆਏ ਹਾਂ ਜੀ। ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਤੁਹਾਡਾ ਮੇਜਰ ਤੁਹਾਨੂੰ ਮਿਲ ਗਿਆ ਵਾਪਸ? ਸਾਨੂੰ ਬਹੁਤ ਹੀ ਖੁਸ਼ੀ ਹੋਈ ਆ ਜੀ, ਸਾਡੇ ਪਰਿਵਾਰ ਦੇ ਵਿੱਚ ਆਇਆ, 3 ਉਹਦੀਆਂ ਸਿਸਟਰਾਂ ਨੇ, ਉਹ ਵੀ ਬਹੁਤ ਹੀ ਹੱਸਦੀਆਂ ਖੇਡਦੀਆਂ ਨੇ, ਇਹਦੇ ਨਾਲ ਬੱਚੇ ਸਾਡੇ ਇਹਨਾਂ ਦੇ ਭਰਾ ਦੀ ਲੜਕੀ ਆ, ਸਾਡੇ ਫੁੱਫੜ ਦੇ, ਉਹ ਵੀ ਜਿਹੜੇ ਬੱਚੇ ਆ ਸਾਡੇ, ਮਤਲਬ ਕਿ ਪਰਿਵਾਰ ਦੇ ਵਿੱਚ ਸਾਰਾ ਦਿਨ ਇੱਕ ਹਾਸੇ ਦਾ ਜਿਹੜਾ ਮਾਹੌਲ ਵਾ ਬਣਿਆ ਰਹਿੰਦਾ ਸਾਰਾ ਦਿਨ ਜੀ। ਅਤੇ ਪੂਰਾ ਜਿਹੜਾ ਮਾਹੌਲ ਤੁਸੀਂ ਕਹਿ ਰਹੇ ਹੋ ਕਿ ਹਾਸੇ ਦਾ ਬਣਿਆ ਰਹਿੰਦਾ, ਅਤੇ ਹੁਣ ਤਾਂ ਪੂਰੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ, ਜਿੱਦਾਂ ਕਿ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਕਿ ਤੁਹਾਡੇ ਵਾਸਤੇ ਤਾਂ 2 ਦੁਸਹਿਰੇ ਜਿਹੜੇ ਆ ਉਹ ਤੁਸੀਂ ਮਨਾਏ ਆ। ਵੇਖੋ ਜੀ, ਸਾਡੇ ਵਾਸਤੇ ਤਾਂ ਜਿਹੜਾ ਦੁਸਹਿਰਾ ਆਇਆ ਵਾ ਖੁਸ਼ੀਆਂ ਭਰਿਆ ਆਇਆ ਵਾ, ਕਿਉਂਕਿ ਸਾਨੂੰ ਵਿਛੜਿਆ ਸਾਡਾ ਬੱਚਾ ਜਿਹੜਾ ਸੀਗਾ, ਭਾਵੇਂ ਪਾਜ ਸੀਗਾ ਪਰ ਸਾਡੇ ਮਤਲਬ ਕਿ ਖੂਨ ਜਿਹੜਾ ਸੀਗਾ ਉਹ ਨਾਲ ਸੀਗਾ ਉਹਦੇ ਵਿੱਚ, ਕਿਉਂ ਅਸੀਂ ਉਹਦੀ ਬਹੁਤ ਬੱਚੇ ਦੀ ਸ਼ੁਰੂ ਤੋਂ ਸੇਵਾ ਕੀਤੀ ਜਾਏ, 2003 ਤੋਂ ਮੇਰੇ ਕੋਲ ਰਹਿ ਰਿਹਾ ਸੀਗਾ। ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਬੱਚਾ ਤੁਹਾਡਾ ਮਿਲਿਆ ਕਿਹਾ ਜਾਵੇ, ਤਾਂ ਯੂਟਿਊਬ 'ਤੇ ਤੁਸੀਂ ਵੀਡੀਓ ਦੇਖੀ ਜਾਂ ਬੱਚਿਆਂ ਨੇ ਦੇਖੀ, ਅਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਸੋਸ਼ਲ ਮੀਡੀਆ ਦਾ ਕਿੰਨਾ ਕੁ ਰੋਲ ਤੁਸੀਂ ਸਮਝਦੇ ਹੋ? ਅਸੀਂ ਤਾਂ ਕਹਿੰਦੇ ਹਾਂ ਜੀ, ਬਹੁਤ ਹੀ ਚੰਗਾ ਰੋਲ ਸਾਨੂੰ ਜਿਹੜਾ ਵਾ ਸੋਸ਼ਲ ਮੀਡੀਆ ਦਾ ਜਿਹੜਾ ਮਿਲਿਆ, ਜਿਹਦੇ ਨੇ ਸਾਨੂੰ ਬੱਚੇ ਦੀ ਜਿਹੜੀ ਆ ਸਭ ਮਤਲਬ ਸਿਧਾਇਤ ਜਿਹੜੀ ਸਾਨੂੰ ਪੂਰੀ ਹੋਈ ਹੈ ਜੀ। ਅਤੇ ਇਹ ਸਨ ਸਾਡੇ ਨਾਲ ਮੰਗਲ ਸਿੰਘ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੂਸਰਾ ਦੁਸਹਿਰਾ ਮਨਾਇਆ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਵੀ ਥੈਂਕਸ ਕਿਹਾ, ਧੰਨਵਾਦ ਕਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦਾ ਬੱਚਾ ਉਹਨਾਂ ਨੂੰ ਮੁੜ ਮਿਲਿਆ। ਅਤੇ ਗੱਲ ਕਰਾਂਗੇ ਹੁਣ ਮੇਜਰ ਦੀ ਭੂਆ ਨਾਲ, ਜਿਹੜੀ ਕਿ ਉਮੀਦ ਲਾ ਚੁੱਕੇ ਸੀ ਕਿ ਬੱਚਾ ਉਹਨਾਂ ਨੂੰ ਵਾਪਸ ਮਿਲੇਗਾ, ਉਹਨਾਂ ਨੇ ਮਾਂ ਦੀ ਤਰ੍ਹਾਂ ਉਸ ਬੱਚੇ ਨੂੰ ਪਿਆਰ ਕੀਤਾ ਹੈ, ਬਲਕਿ ਇੱਕ ਮਾਂ ਬਣ ਕੇ ਹੀ ਪਿਆਰ ਕੀਤਾ। ਗੱਲ ਕਰਾਂਗੇ ਉਹਦੇ ਨਾਲ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਦਲਵੀਰ ਕੌਰ ਜੀ। ਦਲਵੀਰ ਕੌਰ ਜੀ, ਉਮੀਦ ਸੀਗੀ ਕਿ ਮੇਜਰ ਤੁਹਾਨੂੰ ਵਾਪਸ ਮਿਲੇਗਾ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਗੁਆਚਿਆ ਹੋਇਆ ਸੀ? ਹਾਂਜੀ, ਵੇਖੋ ਸਰ, ਉਮੀਦ ਤਾਂ ਹੁੰਦੀ, ਜਿੰਨਾ ਚਿਰ ਬੱਚਾ ਨਾ ਮਿਲੇ ਉਨਾ ਚਿਰ ਤੇ ਹਰ ਇੱਕ ਨੂੰ ਉਮੀਦ ਹੁੰਦੀ ਆ। ਸਾਨੂੰ ਵੈਸੇ ਹੁੰਦੀ ਸੀ, ਮੇਰਾ ਲਾਗੇ ਨਾਲ ਹੀ ਘਰ ਆ, ਤੇ ਮਤਲਬ ਭਾਅ ਜੀ ਰੋਜ਼ ਪੁੱਛਦੇ ਰਹੀਦਾ ਸੀ ਕਿ ਮੇਜਰ ਲੱਭਾ ਕਿ ਨਹੀਂ ਲੱਭਾ। ਆਪ ਵੀ ਜਦੋਂ ਜਾਈ ਆਈਦਾ ਸ਼ਹਿਰ ਸ਼ੂਰ ਵਹਿੰਦੇ ਰਹੀਦਾ, ਧਿਆਨ ਰੱਖੀਦਾ ਹੈ। ਸ਼ੁਰੂ ਤੋਂ ਬੱਚਾ ਇੱਥੇ ਰਿਹਾ, ਮਤਲਬ ਪਿਆਰ ਹੀ ਸਾਡਾ ਇਹਦੇ ਨਾਲ ਬਹੁਤ ਜ਼ਿਆਦਾ। ਪਰਿਵਾਰ 'ਚ ਕਿੰਨੇ ਬੱਚੇ ਨੇ ਕੁੱਲ ਮਿਲਾ ਕੇ? ਪਰਿਵਾਰ 'ਚ 3 ਇਹਦੀਆਂ ਸਿਸਟਰਾਂ, ਇੱਕ ਇਹਦੀ ਭੂਆ ਦੀ ਨੂੰਹ ਗਾੜੀ ਉਹਨਾਂ ਦਾ ਲੜਕੀ ਆ, ਫਿਰ ਇਹਦੀ ਮਤਲਬ ਭੂਆ ਦੀ ਬੇਟੀ, ਉਹਦਾ ਬੇਟਾ ਵੀ ਇੱਥੇ ਰਹਿੰਦਾ। ਭੂਆ ਜੀ ਮਤਲਬ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ? ਇਕੱਠਾ ਹੀ, ਹਾਂਜੀ ਹਾਂਜੀ। ਤੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਮੇਜਰ ਨੂੰ ਕਿਸੇ ਵੀਡੀਓ ਦੇ ਵਿੱਚ ਦੇਖਿਆ ਗਿਆ ਹੈ, ਤੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਮਤਲਬ ਸਾਨੂੰ ਤਾਂ ਬਹੁਤ ਖੁਸ਼ੀ ਆਈ, ਤੇ ਬਾਰ ਬਾਰ ਵੀਡੀਓ ਵੇਂਦੇ ਕਿ ਮਤਲਬ ਇਹ ਮੇਜਰ ਹੀ ਹੈ, ਮੇਜਰ ਹੀ ਆ। ਸਾਰਿਆਂ ਨੂੰ ਮਤਲਬ ਦੱਸਿਆ ਕਿ ਮੇਜਰ ਲੱਭ ਗਿਆ, ਲੱਭ ਗਿਆ। ਮਤਲਬ ਚਾਅ ਹੁੰਦਾ ਕਿ ਬੱਚਾ ਚਲੋ ਮਿਲ ਗਿਆ, ਇੰਨੇ ਚਿੜਾਂ ਦਾ ਵਿਛੜਿਆ ਸੀ, ਅਤੇ ਹੁਣ ਬਹੁਤ ਮਤਲਬ ਖੁਸ਼ੀ ਆ। ਚਲੋ ਮੀਡੀਆ ਜਿਸ ਤਰ੍ਹਾਂ ਬੱਚੇ ਨੈੱਟ ਨੁੱਟ ਵੇਂਦੇ, ਵੈਸੇ ਕਹੀਦਾ ਕਿ ਨੈੱਟ ਵੇਖਣਾ ਬੱਚਿਆਂ ਨੂੰ ਗਲਤ ਵਾ, ਮਤਲਬ ਇਸ ਤਰੀਕੇ ਦੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਕੰਮ ਵੀ ਆ ਰਿਹਾ ਸੋਸ਼ਲ ਮੀਡੀਆ। ਹਾਂਜੀ ਹਾਂਜੀ, ਸਹੀ ਆ। ਚਲੋ ਪਰਿਵਾਰ ਨੂੰ ਹਨਾ ਬੇਟਾ ਮਿਲਿਆ, ਵਧੀਆ ਚੰਗੀ ਗੱਲ ਆ, ਗਾਣੇ ਥਰੂ ਮਿਲਿਆ ਸਾਨੂੰ, ਅਤੇ ਮਤਲਬ ਖੁਸ਼ੀ ਆ ਬਹੁਤ ਜ਼ਿਆਦਾ। ਬੇਟਾ ਤਾਂ ਵਾਪਸ ਮਿਲਿਆ, ਪਰ ਮਿਲਿਆ ਬੜੇ ਦਿਲਚਸਪ ਤਰੀਕੇ ਨਾਲ ਹੈ ਕਿ ਨੈੱਟ ਦੇ ਥਰੂ ਤੁਹਾਨੂੰ ਮਿਲਿਆ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਕਿਉਂਕਿ ਤੁਹਾਡਾ ਮੇਜਰ ਜਿਹੜਾ ਆ ਮਸ਼ਹੂਰ ਹੋ ਰਿਹਾ, ਪੂਰਾ ਪੰਜਾਬ ਪੂਰੀ ਦੁਨੀਆ ਉਹ ਗਾਣਾ ਦੇਖ ਰਹੀ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਦਾ, ਬੜੀ ਖੁਸ਼ੀ ਆ। ਸਾਨੂੰ ਵੀ ਵਾਰ ਵਾਰ ਮਤਲਬ ਇਹੋ ਜਾਂਦਾ ਕਿ ਚਲੋ ਕਿਸੇ ਹੋਰ ਦਾ ਵੀ ਕੋਈ ਹੋਵੇ ਤੇ ਮਿਲੇ, ਹੈ ਨਾ। ਕਈ ਮਤਲਬ ਹੁੰਦੇ ਬੱਚੇ ਇਹੋ ਜਿਹੇ ਜਿਹੜੇ ਮਾਂ ਪਿਓ ਤੋਂ ਵਿਛੜੇ ਹੁੰਦੇ ਆ,
ਕੋਸ਼ਿਸ਼ ਕਰੀ ਦੀ ਪਰਮਾਤਮਾ ਵੱਲੋਂ ਵੀ ਜੇ ਇਹਦੀ ਜ਼ਬਾਨ ਹੁੰਦੀ ਤੇ ਬੋਲਦਾ ਵੀ ਚਲੋ ਫਿਰ ਵੀ ਪਰਮਾਤਮਾ ਧੰਨਵਾਦ ਸ਼ੁਕਰ ਮਹਾਰਾਜ ਦਾ ਜਿਹਨੇ ਮਿਲਾਇਆ ਇਹਨਾਂ ਬੱਚਾ ਤੇ ਭੂਆ ਦਾ ਕਹਿਣਾ ਕਿ ਸ਼ੁਕਰ ਹੈ ਮਹਾਰਾਜ ਦਾ ਕਿ ਬੱਚਾ ਜਿਹੜਾ ਉਹਨਾਂ ਨੇ ਮਿਲਾ ਦਿੱਤਾ ਨਾਲ ਦੇ ਨਾਲ ਹੀ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਇਸੇ ਤਰ੍ਹਾਂ ਹੋਰ ਵੀ ਲੋਕਾਂ ਦੇ ਜਿਹੜੇ ਵਿਛੜੇ ਹੋਏ ਜੀ ਨੇ ਉਹ ਲੋਕਾਂ ਨੂੰ ਮਿਲ ਜਾਣ ਅਤੇ ਨਾਲ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਖੁਸ਼ ਹੈ ਪੂਰਾ ਪਰਿਵਾਰ ਔਰ ਸੋਸ਼ਲ ਮੀਡੀਆ ਦਾ ਧੰਨਵਾਦ ਕਰ ਰਹੇ ਨੇ ਕਿ ਯੂਟਿਊਬ ਦੇ ਰਾਹੀਂ ਉਹਨਾਂ ਨੂੰ ਪਤਾ ਚੱਲ ਸਕਿਆ ਕਿ ਉਹਨਾਂ ਦਾ ਮੇਜਰ ਕਿੱਥੇ ਹੈ ਅਤੇ ਉਹਨਾਂ ਨੂੰ ਉਹ ਜਿਹੜਾ ਮਿਲਿਆ ਹੈ ਧੰਨਵਾਦ ਕੀਤਾ ਉਹਨਾਂ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਰਚਨਾ ਨੂੰ ਦਿਓ ਇਜਾਜ਼ਤ ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੇ ਹੁਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਰੋਜ਼ ਸ਼ਾਮ 4 ਵਜੇ ਸਿਆਸੀ ਚਾਰ